बिस्मिल्लाहिर्रहमानिर्रहीम अस्सलाम वालेकुम मेरी यूट्यूब फैमिली भैन भाई वेलकम करते हैं तुहाडा अपने चैनल है ज़्यादा से ज़्यादा शेयर करना लाइक करना अगर तुम साडे चैनल पर नए हो जरूर सबसक्राइब करना बेल दे बटन प्रेस कर ले ताकि साडी हर आने वाली नई वीडियो की नोटिफिकेशन बार वक्त पहुँचती रहे। हाँ जी, तो दो दिन हो गए बदल बहुत ज़्यादा बनया सी ते राती बारिश आ गई, बारिश भी काफ़ी आ गई। तो कल पहले दिन असी कणक जिहड़ी ना वढ़न वाले आए सी वाढे ते दो तकरीबन डेढ़ क्यारा वढ़ के गए ते वो अज हजे बन्नी कोई नहीं सी ते रात बारिश आ गई गिल्ली हो गई सारी कणक ते हुण दो दिन लग जाने फिर सुक जाने। आ हुणे धुप निकली आ, 12:01 दा टाइम हो गया तकरीबन 12:30 ते हुण धुप निकली आ। सुबह दा बदल बनया सी, ठंडी हवा चलदी पई सी ते साडे चूज़ियां नूं रात लग गई ठंड। अगे असी उपर सारे इत्थे तक चादर पा दी दी ते अज असी कहा कि कहड़ा हुण ना इन्नी ठंड हुंदी आ ਉੱਪਰ ਬਸ ਆਹ ਪੱਲੀ ਪਾਈ ਹੋਈ ਸੀ ਅਤੇ ਸਾਈਡਾਂ ਤੋਂ ਨਾ ਹਵਾ ਠੰਡੀ ਚੱਲਦੀ ਸੀ। ਸੁਬਹਾ ਉੱਠ ਕੇ ਦੇਖਿਆ ਸੀ ਅਤੇ ਇੱਦਾਂ ਸਾਰੇ ਇਕੱਠੇ ਹੋ ਕੇ ਖੜ੍ਹੇ ਹੋਏ ਸੀ। ਫਿਰ ਇਹਨਾਂ ਨੂੰ ਕਾਹਵਾ ਬਣਾ ਕੇ ਦਿੱਤਾ, ਨਾਲ ਵਿੱਚ ਪੈਨਾ ਡਾਲ ਪਾ ਕੇ ਦਿੱਤੀਆਂ ਅਤੇ ਕਿਉਂਕਿ ਇੱਥੇ ਧੁੱਪ ਨਹੀਂ ਨਾ ਆਉਂਦੀ, ਸਾਰਾ ਦਿਨ ਛਾਂ ਰਹਿੰਦੀ ਆ, ਇਸ ਕਰਕੇ ਇਹਨਾਂ ਨੂੰ ਫਿਰ ਧੁੱਪ ਨਹੀਂ ਪੈਂਦੀ। ਅਤੇ ਗਰਮੀ 'ਚ ਮੌਜ ਹੋਊਗੀ ਅਤੇ ਸਰਦੀ ਰਾਤ ਹਵਾ ਚੱਲਦੀ ਰਹੀ ਨਾ, ਫਿਰ ਇਹਨਾਂ ਨੂੰ ਕੁਛ ਕੁਛ ਠੰਡ ਲੱਗ ਗਈ ਸੀ। ਅਤੇ ਹੁਣ ਜਿਹੜੇ ਨਾ ਹੁਸ਼ਿਆਰ ਹੋਏ ਆ ਕੁਛ ਕਾਹਵਾ ਪੀ ਕੇ ਅਤੇ ਫਿਰ ਦਾਣੇ ਪਾਏ ਬਾਜਰੇ ਦੇ ਅਤੇ ਹੁਣ ਇਹਨਾਂ ਨੂੰ ਖਿਲਾ ਕੇ ਅਤੇ ਇੱਥੋਂ ਨੀਚੋਂ ਸਫਾਈ ਕਰਨੀ ਆ। ਹਜੇ ਫਿਲਹਾਲ ਮੈਂ ਸਾਰੇ ਘਰ ਦੀ ਸਫਾਈ ਕੀਤੀ ਆ, ਇੱਥੋਂ ਬਾਹਰੋਂ ਆ ਦੇਖੋ ਕਿਚਨ ਸਫਾਈ ਕੀਤੀ ਆ। ਅਤੇ ਬੱਚੇ ਜੁਮਾ ਸੀ ਅੱਜ, ਬੱਚੇ ਆ ਗਏ ਸਕੂਲੋਂ ਜਲਦੀ, ਹੁਣ ਇਹਨਾਂ ਨੂੰ ਖਾਣਾ ਵਗੈਰਾ ਕੋਈ ਦਿੰਦੀ ਹਾਂ ਅਤੇ ਫਿਰ ਸ਼ਾਮ ਦੇ ਟਾਈਮ ਇਹਨਾਂ ਦੀ ਸਫਾਈ ਕਰੂੰਗੀ। ਨੀਚੋਂ ਦੁਪਹਿਰ ਦਾ ਖਾਣਾ ਖਾ ਕੇ ਥੋੜ੍ਹੀ ਦੇਰ ਆਰਾਮ ਕੀਤਾ ਅਤੇ ਹੁਣ ਬੱਚਿਆਂ ਨੇ ਤਿਆਰੀ ਕਰ ਲਈ ਆ, ਚੱਲਿਆ ਟਿਊਸ਼ਨ। ਸੁਬਹਾ ਖੜੇ ਆ, ਪਤਾ ਕੀ ਆ ਫਿਰ ਦੁਕਾਨ ਦੀਆਂ ਚੀਜ਼ਾਂ ਖਾਂਦੇ ਆ ਤੇ ਫਿਰ ਰੋਟੀ ਨਹੀਂ ਖਾਂਦੇ, ਇਸ ਕਰਕੇ ਹਾਈਬ੍ਰਿਡ ਦਾ ਸੀਰਪ ਲਿਆ ਕੇ ਦਿੱਤਾ ਇਹਨੂੰ ਤੇ ਉਹਦੇ ਨਾਲ ਥੋੜੀ ਥੋੜੀ ਇਹਦੀ ਭੁੱਖ ਲੱਗਣ ਲੱਗੀ ਆ ਤੇ ਹੁਣ ਜ਼ਿਆਦਾ ਨਹੀਂ ਪੈਸੇ ਖਾਣੇ। ਦੁਪਹਿਰੇ ਧੁੱਪ ਨਿਕਲੀ ਸੀ ਤੇ ਹੁਣ ਫਿਰ ਬੱਦਲ ਬਣਦਾ ਜਾਂਦਾ, ਦੇਖੋ ਹਵਾ ਵੀ ਹਲਕੀ ਹਲਕੀ ਚੱਲ ਪਈ ਆ ਤੇ ਅੱਲਾ ਤਾਲਾ ਰਹਿਮ ਕਰੇ ਹੁਣ ਖੈਰ ਕਰੀਏ ਤੇ ਨਾ ਫਸਲਾਂ ਚੱਕੀਆਂ ਜਾਣ। ਦੇਖੋ ਇੱਧਰ ਇੱਕ ਕਿਆਰਾ ਕੱਲ੍ਹ ਵੱਢ ਕੇ ਗਏ ਸੀ ਕਣਕ ਦਾ ਅਤੇ ਉਹ ਅਜੇ ਪਾਉਣ ਵਾਲਾ ਸੀ ਅਤੇ ਫਰਾਂਦ ਬਾਬਾ ਨੇ ਕਿਹਾ ਕਿ ਚਲੋ ਕੱਲ੍ਹ ਨੂੰ ਪਾ ਲਾਂਗੇ ਜ਼ਰਾ ਸੁੱਕ ਜਾਊਗੀ। ਅਤੇ ਹੁਣ ਰਾਤ ਬਾਰਿਸ਼ ਆ ਗਈ, ਫਿਰ ਗਿੱਲੀ ਹੋ ਗਈ ਆ, ਹੁਣ ਫਿਰ ਇੱਕ ਦੋ ਦਿਨ ਲੱਗ ਜਾਣੇ ਇਹਨੂੰ ਸੁੱਕਦੀ ਨੂੰ। ਦੇਖੋ ਅੱਲਾ ਤਾਲਾ ਹੁਣ ਤਾਂ ਮੌਸਮ ਠੀਕ ਰੱਖੇ ਅਤੇ ਚੱਲ ਖੈਰ ਕਰੀਏ ਤਾਂ ਫਸਲਾਂ ਚੱਕੀਆਂ ਜਾਣ। ਦੇਖੋ ਜੀ ਇੱਥੇ ਭਿੰਡੀਆਂ ਲਾਈਆਂ ਹੋਈਆਂ ਸੀ, ਇਹਨਾਂ ਵਿੱਚ ਘਾਹ ਗੰਦ ਸੀ, ਫਰਾਂਦ ਪਾਪਾ ਨੇ ਇਹਦੀ ਗੋਡੀ ਕੀਤੀ ਸੀ ਕੱਲ੍ਹ ਪਰਸੋਂ ਅਤੇ ਹੁਣ ਇੱਧਰ ਦੇਖੋ ਲੈ ਕੇ ਆਇਆ ਖਾਦ। ਹਾਂਜੀ ਅੱਛਾ, ਉੱਧਰ ਨਹੀਂ ਸੀ ਗੰਦ ਸੀ ਨਾ ਵਿੱਚ, ਨਜ਼ਰ ਨਹੀਂ ਸੀ ਉਹਨੇ, ਮੈਂ ਕਿਹਾ ਕੋਈ ਹਾਂਜੀ ਮੈਂ ਕਿਹਾ ਸੀ ਕੋਈ ਕੋਈ ਬੂਟਾ ਤਾਂ ਹੋਰ ਲਾ ਦਈਏ ਵਿੱਚ ਅਤੇ ਹੁਣ ਮਾਸ਼ਾਅੱਲਾ ਗੋਡੀ ਕਰਨਾ ਦੇਖੋ ਕਿੰਨੀਆਂ ਸੋਹਣੀਆਂ ਹੋ ਗਈਆਂ। ਲੱਗਦੀ ਆ ਇਹ ਸਿਰਫ ਸਪਰੇਅ ਕਰਨ ਵਾਲੀ ਟੁੰਡੀ ਪਈ ਹੈ। ਹਾਂਜੀ ਹੈ ਨਾ, ਆਹ ਦੇਖ ਆਹ ਦੇਖ
ਉਹ ਲੱਗੇ ਡੋਡੀਆਂ ਸਾਰੀਆਂ ਡੋਡੀਆਂ ਬਣ ਗਈਆਂ ਤੇ ਬੜੀ ਸੋਹਣੀਆਂ ਲੱਗ ਜਾਣੀਆਂ ਬਸ ਖਾਦ ਪਾ ਕੇ ਪਾਣੀ ਲਾਈਏ ਜੀ ਜੀ ਕੱਲ੍ਹ ਨੂੰ ਮੈਂ ਸਪਰੇ ਕਰਾਂਗਾ ਸਹੀ ਆ ਹਾਂਜੀ ਇਹ ਤਾਂ ਲੱਗ ਪੈਣੀਆਂ ਇਹਨਾਂ ਨੂੰ ਤਾਂ ਮਿਰਚਾਂ ਸਾਰੀ ਜ਼ਿਆਦਾ ਹੋ ਜਾਣੀਆਂ ਕਿ ਨਹੀਂ ਹੋਰ ਦੋ ਤਿੰਨ ਮੁੱਠਾਂ ਪਾ ਦਿਓ ਇੱਕ ਵਾਰੀ ਫਿਰ ਪਾਣੀਆਂ ਪਾ ਦੇਵਾਂਗੇ ਹੈ ਨਾ ਹੋਇਆ ਤਾਂ ਮਿਰਚਾਂ ਨੂੰ ਪਾ ਦਾਂਗੇ ਮਿਰਚਾਂ ਨੂੰ ਨਹੀਂ ਫਿਰ ਪਾਉਣੇ ਮਿਰਚਾਂ ਨੂੰ ਨਹੀਂ ਫਿਰ ਪਾਉਣੇ ਕਿਤੇ ਬਹੁਤੀ ਨਾ ਹੋ ਜੇ ਅੱਛਾ ਚਲ ਫਿਰ ਪਾ ਛੱਡੋ ਅੱਲਾ ਦੀ ਸਪੁਰਦ ਅੱਲਾ ਖੈਰ ਰੱਖੇ ਤੇ ਚਲੋ ਅੱਲਾ ਖੈਰ ਰੱਖੇ ਤੇ ਸ਼ਾਮੀ ਪਾਣੀ ਲਾ ਜਾ ਤੇ ਜੀ ਇਹਨੂੰ ਲੂਸਨ ਨੂੰ ਸਪਰੇ ਕਰਨੀ ਸਹੀ ਆ ਹਾਂ ਦੇਖੋ ਪੱਤੇ ਟੁੱਕੇ ਆ ਹੈ ਨਾ ਚਲੋ ਇੰਨੀਆਂ ਸੋਹਣੀ ਮਿਰਚਾਂ ਲੱਗਦੀਆਂ ਪਈਆਂ ਪਰ ਸਪਰੇ ਕਰਨ ਵਾਲੀ ਆ ਨਾ ਤੇ ਉਹ ਨਾਲੋ ਨਾਲ ਹੀ ਨਾ ਪੱਤੇ ਟੁੱਕੀ ਜਾਂਦੀਆਂ ਸੁਣ ਹਾਂਜੀ ਉਹਦੇ ਨਾਲ ਇਹਨਾਂ ਨੂੰ ਮੈਂ ਕਰਾਂਗਾ ਕੱਲ ਹਾਂਜੀ ਦੇਖੋ ਟਮਾਟਰਾਂ ਦੇ ਬੂਟੇ ਫੁੱਲ ਲੱਗਦੇ ਪਏ ਮਾਸ਼ਾਅੱਲਾ ਦੇਖੋ ਕਬੂਤਰ ਜਦੋਂ ਛੱਡ ਦਈਏ ਖੁਸ਼ ਰਹਿੰਦੇ ਆ ਤੇ ਜਦੋਂ ਇੱਥੇ ਖੁੱਡੇ ਵਿੱਚ ਬੰਦ ਕਰ ਦਈਏ ਤੇ ਫਿਰ ਬਸ ਨਾ ਇਹਨਾਂ ਨੇ ਨਾ ਦਾਣੇ ਖਾਣੇ ਨਾ ਪਾਣੀ ਪੀਣਾ ਤੇ ਚੁੱਪ ਕਰਕੇ ਖੜ੍ਹੇ ਰਹਿੰਦੇ ਆ